ਉਹ ਸਿੱਖ ਜਿਹੜੇ ਸੀ ਨਾ ਅੱਛਾ ਉਹ ਦਿਨ ਜੀ ਸੀਗੇ ਸਾਡੇ ਨਾਲ ਜਿਵੇਂ ਸਕੇ ਭਰਾ ਜੰਮੇ ਅੱਛਾ ਜੀ ਉਹ ਜਿਹੜਾ ਸੀ ਨਾ ਨਾਮ ਸਿੰਘ ਉਹ ਜਿੱਦਣ ਸੀ ਉਹਨਾਂ ਦੇ ਪਿੰਡ ਕੋਲੋਂ ਲੱਗ ਕੇ ਆਏ ਆ ਅੱਛਾ ਸਾਡਾ ਪਿੰਡ ਸੀ ਲਿੰਜੀਆ ਮੈਂ ਉੱਥੋਂ ਨੇ ਸਾਡੇ ਕੋਲੋਂ ਬਰਛੀਆਂ ਤਲਵਾਰਾਂ ਸੁਧਾ ਲਈਆਂ ਅੱਡੇ ਢੇਰ ਹੁਣ ਲੱਗੇ ਸਾਡੇ ਚੋਲੇ ਫਿਰ ਉਹ ਨਾਮ ਸਿੰਘ ਬੜਾ ਜਵਾਨ ਸੀ ਉਹਨੇ ਆਖਿਆ ਨਾ ਨਾ ਇਹ ਕੰਮ ਨੀ ਕਰਨਾ ਸਾਡੇ ਭਰਾ ਨੇ ਸਾਰੀ ਉਮਰ ਇਹਨੇ ਨਾਲ ਰਹੇ ਸੀ ਨਾਮ ਸਿੰਘ ਸਿੱਖ ਬੜਾ ਜਵਾਨ ਸੀ ਉਹਨੂੰ ਪਤਾ ਨਾਮ ਸਿੰਘ ਦਾ ਬੜਾ ਜਵਾਨ ਸੀ ਉਹ ਕਿੱਥੋਂ ਦਾ ਸੀ ਉਹ ਟਾਂਡਾ ਸੀ ਸਾਥੋਂ ਚੜ੍ਹਦੇ ਕੋਕ ਪਿੰਡ ਘੋੜੀ ਦੁਨੀਆ ਉੱਠਣ ਘੋੜੀ ਪਿੰਡ ਸੀ ਪਾਏ ਪਿੰਡੋਂ ਲਹਿੰਦੀ ਲੈਂਦੇ ਸਾਡੇ ਨਾਲ ਇੱਕ ਪੈਲੀ ਦੇ ਪੇੜ ਸੀ ਪੱਕੇ ਬਾਬਾ ਜੀ ਤੁਸੀਂ ਹਜੇ ਵੀ ਕਹਿੰਦੇ ਸਾਡੇ ਮੁਲਕ ਮੁਲਕ ਆਇਆ ਕਿ ਹੋਏ ਹੁਣ ਤੁਸੀਂ ਘੜੇ ਮੁੜੀ ਕਹਿੰਦੇ ਹੋ ਸਾਡੇ ਮੁਲਕ ਤੁਹਾਡਾ ਮੁਲਕ ਇੰਡੀਆ ਕਿ ਪਾਕਿਸਤਾਨ ਹੁਣ ਪਾਕਿਸਤਾਨ ਇਹੋ ਹੀ ਜਿੱਥੇ ਜੰਮੇ ਪਲੇ ਉਹਦਾ ਨਾਂ ਨੀ ਲੈਣਾ ਮੁਸਲਮਾਨ ਵੀ ਡਰਦੇ ਹਨ ਸਿੱਖ ਵੀ ਸਿਆਣੇ ਸਾਡੇ ਸਾਰੇ ਮਰ ਗਏ ਉਹ ਵਕਤ ਤੁਹਾਡਾ ਸਹੀ ਸੀ ਦੋ ਉਹ ਦੇਖ ਹੱਥ ਛੋਟਾ ਛੁੱਟਿਆ ਗਿਆ ਉਹ ਤੇ ਦੇ ਸੀ ਆਜ਼ਾਦ ਬੰਦੇ ਅੱਛਾ ਕਿਹਨੇ ਫਿਕਰ ਫਾਕਾ ਨਹੀਂ ਸੀ ਹੁੰਦਾ ਕੋਈ ਇੱਥੇ ਤਾਂ ਪਈ ਦਵਾਈ ਭੁੱਖ ਸੀ ਲੋਕਾਂ ਨੂੰ ਆ ਮਹਿੰਗਾਈ ਹੋ ਗਈ ਮਹਿੰਗਾਈ ਬਹੁਤ ਇਹ ਅੱਲਾ ਦੀ ਰਹਿਮਤ ਹੈ ਆਪਣੇ ਘਰੋਂ ਪੈਸੇ ਬਚੇ ਨੇ ਆਪਣੇ ਘਰੋਂ ਸ਼ੁਕਰ ਬਣੇ ਸ਼ੁਕਰ ਹੈ ਅੱਲਾ ਦਾ ਇਸ ਤੋਂ ਬੋਤਲ ਪੀ ਗਈ ਮੈਂ ਪੀ ਲਈ ਬੋਤਲ ਹਜੇ 20,000 ਕੋਲ ਤੂੰ ਆਖੇ ਬੂਟਾ ਖਰੀ ਸ਼ਾਇਦ ਕਿੱਥੇ ਲੱਗਿਆ ਪਿਆ ਅੱਲਾ ਪਾਕ ਤੁਹਾਨੂੰ ਵਰਤ ਲੈਣ ਸੇਵ ਕਰੇ ਬਾਬੇ ਉਹਦੇ ਵਿੱਚ ਪਾ ਲਓ ਮੈਂ ਡੇਗ ਨਾਲ ਲਿਆ
खर्चा खुला देने देने खर्चा मर चार मेरे मुझे खर्चा ना मेरे को अल्लाह ने आपू अल्लाह तेरा यूट्यूब चैनल मेरा पिंड मेरा पंजाब नाजर 1947 के नवी वीडियो लेके खिदमत च हाजिर हां गल करांगे बुजुर्गां 1947 टाइम दी इन्हां नाल सारी इन्हां दी कहानी 47 टाइम दी जिहड़ी इन्हां दी जबानी सुनने आ साडे नाल रहना वीडियो वेखदे शेयर लाजमन करिया करो ताकि ज्यादा ज्यादा लोकां को पहुंचे जिहड़े अपना लहिंदे पंजाब वाला पिंड वेख सकन देखना चाहुंदे ने ओह वेख सकन अगर तुसीं अपने वड्डिआं दा पिंड वेखना चाहुंदे हो साडे इस वीडियो विच कमेंट्स कर सकदे हो पिंड दा नाम जिला दस दो अहीं जाके ते जरूर जिहड़ी वीडियो बनावांगे ते वीडियो नूं लाइक ते शेयर लाजमन करिया करो वीडियो शुरू करने बाबे नाल गलबात शुरू करने तुहाडे रूबरू सांझी करने गल अस्सलाम वालेकुम बुजुर्ग किन्नी उम्र सी जदों जाड़े हुए बाटियां छड़ टके टुके पिंड घर नहीं सी अच्छा पिंड चढ़ते पपीना पपीना हां अच्छा ते अपना उथों दा जिहड़ा जिला केड़ा है जे हुशियारपुर हुशियारपुर हां तहसील केड़ी लगदी सी ए तसुआ थाना मखेड़िया अच्छा सही से अपने पिंड दे आले दुआले पिंड केड़े केड़े ने जरा दसो बड़े केड़ा एक सी गुजरा दा पिंड मोसले अच्छा एक सी मीरपुर जट्टा हां एक आ जिहड़ा बैठा है पिंड ये बुगडोई ए बुगडोई दा बाबा हां ते एक सी तमाशे बड़े लगते नकलियां ने जिथे तमाशा होना डंगर बन के डंगर तीन चाली थे मज एक भी नहीं थी मर जाते गोका मार सन फलिया छे बैठ के साडे हाली कटने वाले थे जिद उठे बैठ के गाइया छे मामे सुल्तान के घर नहीं जाता सारे पिंड च फेरे वाला करी कोठे घट एक छत थी छत्तां कठी हुंदियां सारे कोठे भज फिर सारिया जनानिया सारे को नंबरदार केड़ा सी पिंड दा अपने सारे लगते मस्जिद बनाई सी मसीद मस्जिद एक भी नमाज पढ़नी
ਜੁਮਾ ਪੜਨ ਕਿੱਥੇ ਜਾਂਦੇ ਸੀ? ਜੁਮਾ ਉੱਥੇ ਕਿਤੇ ਪੜਨਾ ਸੀ। ਵੱਡੇ ਵੱਡੇ ਕੋਈ ਜਾਂਦੇ ਹੋਣਗੇ ਕਿਤੇ ਨਾ ਕਿਤੇ? ਉਹ ਬੜੇ ਮੇਰਾ ਜਿਹੜਾ ਆਪਾ ਸੀ ਨਾ ਹਾਜੀ ਸੀ। ਅੱਛਾ, ਵੱਡਾ ਹਾਜੀ ਕਰਕੇ ਆਇਆ। ਉਹ ਮੈਂ ਕਹਿੰਦਾ ਜੁਮਾ ਕਿੱਥੇ ਪੜਦਾ? ਹਾਂ, ਉਹ ਜੁਮਾ ਉੱਥੇ ਕੋਈ ਨਹੀਂ ਪੜਨ ਜਾਂਦੇ। ਹਾਂ, ਅਗਲਾ ਜੀ ਰਹਿਮਤ ਸੀ ਆਪਾ ਕਤਾਂ ਦੇ ਵਿੱਚ ਨਾ ਬੜੀ ਤਰੱਕੀ ਆਈ ਨੀ। ਅੱਛਾ, ਤੁਹਾਡੇ ਉੱਥੇ ਪੈਲੀਆਂ ਪੂਲੀਆਂ ਸਾਂ ਆਪਣੀਆਂ? ਪੈਲੀਆਂ 16 ਪੈਲੀਆਂ। 16 ਪੈਲੀਆਂ? 16 ਕਿੱਲੇ ਸੀ ਉਹ, ਸਾਨੂੰ ਇੱਥੇ ਆ ਗਏ 16 ਤੇ ਸਾਨੂੰ ਪਏ 12। ਸਾਡੀ ਬੋਈ ਸੀ ਪੁਰਾਣ, ਇਹ ਸੀ ਨਹਿਰੀ, 4 ਕਿੱਲੇ ਕੱਟ ਗਏ। ਬੜੀ ਅੱਲਾ ਰਹਿਮਤ ਸੀ। 10 ਕਿੱਲੇ ਸੀ ਪਾ ਗੋਕਾ ਮਾਲ ਸੀ ਕਿੰਨਾ ਕੁ ਸੀ ਮੈਂ ਤੇ ਪੰਦਰਾਂ ਤੀਹ ਚਾਲੀ ਡੰਗਰ ਦੇ ਗਏ ਅੱਛਾ ਅੱਛਾ ਬੜੀ ਅੱਲਾ ਜਾਮ ਸੀ ਕਿੱਥੇ ਕਿੱਥੇ ਚਰਨ ਜਾਂਦੇ ਹਾਂ ਦੂਰ ਤੱਕ ਉਹ ਸਾਡੇ ਆਪਣੀ ਭੋਏ ਪਿੰਡ ਦੇ ਲੱਗ ਦੇ ਸਾਰੇ ਪਿੰਡ ਇਹਨਾਂ ਦਾ ਜਿਹੜਾ ਪ
ਮੈਨੂੰ ਫੜਾਈ ਤੇ ਬਾਹਰ ਕੱਢਿਆ। ਸਹੀ ਹੈ। ਤੇ ਤੁਸੀਂ ਮੱਝਾਂ ਚਰਾਣ ਜਾਂਦੇ ਹੋ ਦੂਰ ਦੂਰ ਧਰਨਾ, ਸਿੱਖ ਹਿੰਦੂ ਹੋਰ ਬੱਚੇ ਵੀ ਚਰਾਉਂਦੇ ਆ? ਉਹ ਸਿੱਖ ਜਿਹੜੇ ਸੀ ਨਾ, ਅੱਛਾ, ਉਹ ਦੇ ਇੰਜ ਸੀਗੇ ਸਾਡੇ ਨਾਲ ਜਿਵੇਂ ਸਕੇ ਭਰਾ ਜਿੰਨੇ। ਅੱਛਾ ਜੀ। ਉਹ ਜਿਹੜਾ ਨਾ ਨਾਮ ਸਿੰਘ, ਉਹ ਜਿੱਦਣ ਅਸੀਂ ਉਹਨਾਂ ਦੇ ਪਿੰਡ ਕੋਲੋਂ ਲੱਗ ਕੇ ਆਏ ਹਾਂ, ਅੱਛਾ, ਸਾਡਾ ਪਿੰਡ ਸੀ ਲਿੰਜੀਆ ਮੈਂ, ਉੱਥੋਂ ਨੇ ਸਾਡੇ ਕੋਲੋਂ ਬਰਛੀਆਂ ਤਲਵਾਰਾਂ ਸੁਟਾ ਲਈਆਂ। ਅੱਗੇ ਢੇਰ ਹੋਣ ਲੱਗੇ ਸਾਡੇ ਚੋਲੇ ਫਿਰ, ਉਹ ਨਾਮ ਸਿੰਘ ਬੜਾ ਚਵਾਰ ਸੀ, ਉਹਨੇ ਆਖਿਆ ਨਾ ਨਾ ਇਹ ਕੰਮ ਨੀ ਕਰਨਾ, ਸਾਡੇ ਭਰਾ ਨੇ ਸਾਰੀ ਉਮਰ ਇਹਨੇ ਨਾਲ ਰਹੇ ਸੀ। ਸਾਡੀਆਂ ਉਹਨਾਂ ਝੋਨਾਂ ਲਾ ਲਾ ਕੇ ਸੁੱਟੀ ਜਾਣੀ। ਨਾਮ ਸਿੰਘ ਸਿੱਖ ਬੜਾ ਜਵਾਨ ਸੀ, ਨੀ ਪਤਾ ਨਾਮ ਸਿੰਘ ਦਾ, ਬੜਾ ਜਵਾਨ ਸੀ। ਉਹ ਕਿੱਥੋਂ ਦਾ ਸੀ? ਉਹ ਟਾਂਡਾ ਸੀ, ਸਾਥੋਂ ਚੜ੍ਹਦੇ ਲੱਗੀ ਸੀ, ਕੋਕ ਪਿੰਡ ਸੀ। ਸਾਰੇ ਦੁਨੀਆ ਉੱਠੋ ਨੀ ਫਿਰਦੀ ਘੋੜੀ ਦੇ ਸੀ, ਪੰਜ ਸੌ ਦੀ ਉਹ ਪੇੜ ਸੀ ਪਾਏ ਪਿੰਡੋਂ ਲਹਿੰਦੀ ਜਾਂਦੇ ਸਾਡੇ ਇੱਕ ਪੈਲੀ ਦੇ ਪੇੜ ਸੀ ਪੱਕੇ, ਛੱਪੜਾਂ ਦੇ ਕੀਲਾ ਟੋਕ ਕੇ ਟਾਂਗੇ ਉਹਦੀ ਬੰਨੇ ਹੋਣੀ, ਸ਼ਾਮ ਨੂੰ ਮੈਂ ਜਾਣਾ ਉੱਤੇ ਬਹਿ ਕੇ ਘਰ ਲੈ ਆਉਣੀ। ਨਹੀਂ ਤੁਹਾਡੇ ਨਾਲ ਹੋਰ ਮੁੰਡੇ ਨੀ ਚੜ੍ਹਦੇ ਸਿੱਖਾਂ ਦੇ ਜਾਂ ਹਿੰਦੂਆਂ ਦੇ? ਉਹ ਨਹੀਂ, ਸਾਡੇ ਆਪਣੇ ਸੀ, ਚਾਰ ਪੰਜ ਦਾ ਘਰ ਸੀ। ਚਾਚਾ ਕਹਿੰਦਾ ਦੋ ਝੋਟੇ ਸਾਡੇ ਚੰਗੇ ਜਵਾਨ ਦੋਵੇਂ ਇਕੱਠੇ ਮਰ ਗਏ ਜੀ ਕਰਨਾ, ਤੇ ਉਹ ਸਾਨੂੰ ਗੋਕਿਆਂ ਚ ਫਾਇਦਾ ਸੀ। ਹੁਣ ਛੇ ਬੈਠ ਕੇ ਨਾ
ਜਦੋਂ ਉੱਠੇ ਸਾਡੇ ਹਾਲੀ ਕੱਢਣ ਲੈਣ ਸੀ ਐਡੇ ਉੱਚੇ ਹੋਏ ਗੋਕਿਆਂ ਸਾਧਨ ਲੈਣਾ ਸੀ ਮੱਝਾਂ 'ਚ ਕੋਈ ਨਹੀਂ ਸੀ ਅੱਛਾ ਅਤੇ ਲਾਗੇ ਪਿੰਡਾਂ ਦੇ ਵਿੱਚ ਸਿੱਖ ਆਇਆ ਸਨ ਨਾਲ ਦੇ ਪਿੰਡਾਂ 'ਚ ਉਹ ਸਿੱਖ ਉੱਥੇ ਸੀਗੇ ਉਹ ਟਾਂਡੇ ਨਾਮ ਸਿੰਘ ਉਹਨਾਂ ਦੇ ਅੱਛਾ ਅੱਛਾ ਉਹ ਸਾਰਾ ਪਿੰਡ ਸਿੱਖਾਂ ਦਾ ਇੱਕ ਸੀ ਘਰ ਉੱਥੇ ਮਰਾਸੀ ਦਾ ਅੱਲਾ ਦਾ ਵਿਸ਼ੇ ਉਹਦੇ ਨਾਂ ਕੀ ਸੀ ਮੈਨੂੰ ਭੁੱਲ ਗਿਆ ਮਰਾਸੀ ਤੇਰੇ ਪਿੰਡ ਜੀ ਦੇ ਨਾਂ ਕੀ ਸੀ ਕਮਿਆਰ ਦਾ ਸੀ ਉਹ ਬਲੀ ਦਾ ਉਹਦਾ ਘਰ ਸੀ ਇੱਕ ਦੋ ਘਰ ਸੀ ਮੇਲੇ ਬੜੇ ਮੇਲਾ ਸਾਡੇ ਲੱਗਦਾ ਸੀ ਬਾਬੇ ਚੰਗੀ ਵਾਲੇ ਦਾ ਮੇਲਾ ਇੱਥੇ ਅੜੀ ਜਾਂਦੇ ਨੀ ਇੱਥੇ ਕਿਲੇ ਉਹਦਾ ਮੇਲਾ ਸਾਡੇ ਲੱਗਦਾ ਨੌ ਦਿਨ ਰਹਿੰਦਾ ਹਿੰਦ ਚਾਂਦ ਵਿੱਚ ਲਾਗਲੇ ਲਾਗਲੇ ਪਿੰਡ ਸਾਰੇ ਮੇਲਾ ਸੀ ਨੌ ਦਿਨ ਲੱਗਾ ਰਹਿੰਦਾ ਕੁੜੀਆਂ ਵੀ ਹੁੰਦੀਆਂ ਇਹ ਕੁੜੀ ਕੁੜੀਆਂ ਕੋਈ ਨੀ ਖੇਲਾਂ ਖੁੱਲਾਂ ਨਹੀਂ ਸੁਣਦੀਆਂ ਉਹ ਸਾਡੇ ਜਿਹੜੇ ਨਾ ਬੰਦੇ ਖੇਡਦੇ ਆਪਣੇ ਸਾਰੇ ਨਕਲੀ ਉਹ ਜਲੰਧਰ ਦੇ ਜਲੰਧਰ ਦੇ ਜਲੰਧਰ ਵਿੱਚ ਰਹਿੰਦੇ ਸੀ ਤੇ ਅਸੀਂ ਸਾਈਆਂ ਦੇ ਆਉਣੀਆਂ ਇਹਨਾਂ ਦੇ ਪਿੰਡ ਵੀ ਇੱਕ ਵਾਰ ਨਹੀਂ ਆਇਆ ਸੀ ਬੋਰੇ ਹੀ ਵੀ ਆਏ ਉਹ ਲਾਗੇ ਸਿੱਖਾਂ ਦੇ ਜਦੋਂ ਵਿਆਹ ਵੀ ਹੁੰਦੇ ਸੀ ਤੁਹਾਡੇ ਕੋਲ ਜਾਂਦੇ ਨੇ ਕਿ ਜਾਂਦੇ ਨਹੀਂ ਅਸੀਂ ਨਹੀਂ ਜਾਂਦੇ ਪੈਸੇ ਪੁਸੇ ਚੁਗਣ ਨਹੀਂ ਜਾਂਦੇ ਨਾ ਨਾ ਉਹ ਇੱਥੇ ਹੀ ਰਿਵਾਜ ਪੈ ਗਿਆ ਸਾਡੇ ਵੱਲ ਕੋਈ ਨਹੀਂ ਜਾਂਦਾ ਪੈਸੇ ਬਣਾ ਲੈਣੇ ਤੇ ਉਹਦੇ ਵੱਡੇ ਨਹੀਂ ਸੀ ਹੁੰਦੇ ਪਿੱਛਲ ਦੇ ਗਈਆਂ ਉਹ ਫਿਰ ਆ ਡੋਲਿਆਂ ਦੇ ਉੱਤੇ ਸੀ ਸੁੱਟਣੇ ਬਾਲਣ ਚੌਕ ਚੌਕ ਲੈਣੇ ਅੱਛਾ ਅੱਛਾ ਉਹ ਸਾਡੇ ਦੁਨੀਆ ਜਿਹੜੀ ਨਾ ਜਿਹੜੀਆਂ ਪੈਲੀਆਂ ਹਥੜੀ 16 ਉਹਨਾਂ ਨੂੰ ਪਾਣੀ ਕਾਹਦਾ ਲਾਉਂਦੇ ਸੀ ਉਹ ਬਰਾਨ ਸੀ ਮੁਲਕ ਹੈ ਬਰਾਨੀ ਸੀ ਬਰਾਨੀ ਕੋਈ ਨਹੀਂ ਪਾਣੀ ਮਹਾਰਾਜਪੁਰ ਸੀ ਪੈਂਦੀ ਤੇ ਪੱਕਦੀ ਪੱਕਦੀ ਪਾਣੀ ਇੰਜ ਪੈਂਦਾ ਸੀ ਨਾ ਮੀਂਹ ਆਉਣਾ ਮਕਈ ਕੋਟ ਕੇ ਕਹਿਣਾ ਕਮਲੰਗੀ ਪਈ ਹੈ ਮੀਂਹ ਅੱਲਾ ਜਾਂਦਾ ਇੰਜ ਵੀ ਬਾੜੀ ਲਾਉਣ ਤੇ ਮੂੰਹੇ ਬੰਦ ਬਾਰਿਸ਼ ਉਸੇ ਵੇਲੇ ਅੱਲਾ ਨੇ ਚਾੜਨੀ ਇੱਕ ਦਿਨ ਨਹੀਂ ਸੀ ਕੋਈ ਪਾਣੀ ਖੂਹ ਸੀਗਾ ਸਾਡਾ ਨਵਾਂ ਨਵੀਆਂ ਟੰਡਾ ਛੱਤਾਂ ਸੀ ਚੜੀਆਂ ਉਦਾਂ ਇੱਕ ਇਹਨਾਂ ਦਾ ਨਾ ਮੇਰਾ ਮਾਮਾ ਸੀ ਉਹ ਉਹਦਾ ਦੋ ਕਨਾਲਾ ਥਾਂ ਮੈਨੂੰ ਕਹਿੰਦਾ ਚੱਲ ਮੇਰਾ ਕਮਾਲ ਪਿਆ ਆਇਆ ਤੇ ਫਿਰ ਆ ਕੇ ਤੂੰ ਮਾਲ ਛੱਡਣਾ ਉਹ ਟੰਡਾ ਨਵੀਆਂ ਚੜੀਆਂ ਉਹ ਪਾਣੀ ਸਕੂਟਰ ਠੀਕ ਨਾਲ ਪਾਣੀ ਕੱਢਦੀਆਂ ਨਵੀਂ ਮਾ ਉਹ ਦੋ ਕਨਾਲਾ ਥਾਂ ਮੈਨੂੰ ਸੁਣਾਓ ਮੇਰਾ ਲੰਮ ਕਰਕੇ ਤੇ ਕਿਵੇਂ ਉਹਨੂੰ ਕਰਦੇ ਹੋ ਉਹ ਖੂਹ ਟੱਗੇ ਜੋਣ ਨੇ ਟੱਗਿਆ ਨਾ ਪਾਣੀ ਕੱਢਣਾ ਅੱਛਾ ਅੱਛਾ ਟੱਗੇ ਆਪਣੇ ਰੱਖੇ ਸਨ ਹੋਰ ਲੋਕਾਂ ਦੇ ਜੋੜੇ ਕਿਵੇਂ ਹੁੰਦੇ ਨੇ ਹੋਰ ਕਿਹਦੇ ਸਾਡੇ 6 ਬੈਠ ਕੇ ਸਾਡੇ ਨਾ ਹਾਲੀ ਕੱਢਣ ਵਾਲੇ ਸਾਡੇ ਗਏ 6 ਤੇ 3 ਜੋਗਾ ਸਾਡੀਆਂ ਅੱਛਾ ਟੱਗਿਆ ਨਹੀਂ ਬੋਲੇ ਆਏ ਉਹ ਪਿੱਛੇ ਕੱਲ ਹੁੰਦੀ ਜਿਹੜੀ ਲੱਕੜੀ ਦੀ ਕਿ ਉਹ ਤਿੰਨ ਤਿੰਨ ਹਾਂ ਹੱਲ ਕੀ ਮੈਨੂੰ ਹੁੰਦੀ ਹੱਲ ਲੱਕੜ ਦੀ ਕੋਰ ਕੋਰ ਇਹ ਫੇਰ ਹੁੰਦੇ ਹੱਲੜ ਹੱਲੜ ਵੀ ਮੈਨੂੰ ਸੁਣਾਓ ਗੱਲਾਂ ਮੈਂ ਤੁਹਾਨੂੰ ਸੁਣਨਾ ਹੈ ਹੱਲੜ ਵੀ ਸੀਗੇ ਹਾਂ ਹਾਂ ਹੱਲੜ ਦੇ ਐਡੀ ਜੇ ਇਹ ਅੱਗੇ ਉਹਦਾ ਕੋਰ ਚਾੜੇ ਆਉਂਦਾ ਤੇ ਵੱਡੇ ਕੋਰ ਵੀ ਚਾੜਨੇ ਹੱਲਾਂ ਤੇ ਅੱਗੇ ਢੱਗੇ ਬੰਨਦੇ ਕਿਵੇਂ ਸੁੱਟ ਅੱਗੇ ਖਿੱਚਦੇ ਕਿਵੇਂ ਆ ਢੱਗੇ 45 ਜੋੜੇ ਹੁੰਦੇ ਸੀ ਲੋਹੇ ਦੀ ਹੁੰਦੀ ਸੀ ਤੇ ਵਿੱਚ ਹੱਲ ਨਹੀਂ ਨਹੀਂ ਲੋਹੇ ਦੀ ਮਸ਼ੀਨਾਂ ਵੀ ਨਹੀਂ ਜਿਹੜੀ ਸਾਡੀ ਲੋਹੀ ਸੀ ਨਾ ਜ਼ਮੀਨ ਉੱਥੇ ਮਸ਼ੀਨ ਫੇਰਨੀ ਉਹਨੇ ਰੱਜ ਕੇ ਇੱਕ ਪਾਸੇ ਸੁੱਟੀ ਹੋਣੀ ਉਹ ਗੁਰਦਾਸਪੁਰ ਦੇ ਜਿਹੜੀ ਤੇ ਲੱਗੀ ਨਹੀਂ ਤੇ ਗੁਰਦਾਸਪੁਰ ਦੇ ਹਾਂਜੀ ਉਹ ਗੁਰਦਾਸਪੁਰ ਦੇ ਉੱਥੇ ਮਸ਼ੀਨਾਂ ਬਣਦੀਆਂ ਆਹੋ ਲੋਹੇ ਦਾ ਬੜਾ ਕੰਮ ਹੁੰਦਾ ਆਹ ਲੋਹੇ ਦਾ ਬਟਾਲੇ ਬੜੀਆਂ ਬਣਦੀਆਂ ਆਹ ਬਟਾਲੇ ਭਾਜੀ ਵੀ ਬਣਦੀਆਂ ਬੜੀ ਸਾਡਾ ਅੱਬੇ ਹੋਣੇ ਨਾਨਕੇ ਉੱਥੇ ਬਟਾਲੇ ਅੱਛਾ ਅੱਛਾ ਬੜੀ ਅੱਲਾ ਦੀ ਰਹਿਮਤ ਸੀ ਯਾਰ ਆਟਾ ਕਿੱਥੋਂ ਪਿਆ ਕੇ ਲਿਆਂਦੇ ਆਟਾ ਇਹਨਾਂ ਦੇ ਪਿੰਡ ਦੀ ਖਰਾਸ ਜੋ ਕਿਹਦੇ ਸਨ ਖਰਾਸ ਉਸ ਉਹਨਾਂ ਸਿੱਖਾਂ ਦੇ
ਹਿੰਦੂਆਂ ਨੇ ਨਾਂ ਨੀ ਯਾਦ ਕਿਹਦਾ ਸੀ ਉਹ ਆਜ਼ਾਦ ਇੱਕ ਨਾ ਕੇਸਰ ਸੀ ਇੱਕ ਨਾ ਲੱਭੂ ਅੱਛਾ ਸਾਰਾ ਕੁਝ ਕਿਹੜਾ ਪਿੰਡ ਸੀ ਉਹ ਬਗਦੋਈ ਹੈ ਬਗਦੋਈ ਸੀ ਉਹਦਾ ਨਾਂ ਹਾਂ ਅੱਛਾ 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 ਉੱਥੋਂ ਤੁਸੀਂ ਆਟਾ ਪਿਆ ਕੇ ਲਿਆਂਦੇ ਆ ਉਹ ਤੇ ਖਰਾਜ ਹੋਣਾ ਖਰਾਜ ਦਾ ਟੱਗੇ ਖਾਣੇ तकड़ी लैनी बटा होना जिन्हें जाने आटा देना कद लैके जाते कणक पियाने ਫਿਰ ਤੇ ਲੈ ਜਾਣੀ ਮਾਨਕ ਅਸ ਚੁੱਕੇ ਲੈ ਕੇ ਜਾਂਦੇ ਹਾਂ ਨਾਲ ਭਿਆਗ ਲੈ ਆਉਂਦੇ ਨਾਲ ਟੱਗੇ ਫੜੇ ਲਿਆਣੇ ਆ ਟੱਗੇ ਵੀ ਅੱਗੇ ਲਾ ਲੈਣੇ ਜੋ ਅੱਛਾ ਪਿਆਲੀ ਵਿੱਚ ਉਹ ਬੜੀ ਯਾਦ ਸੀ ਜਿਹੜੀਆਂ ਅੱਛਾ ਜੀ ਉਹਨਾਂ ਦੀ ਰਹਿਮਤ ਸੀ ਅੱਛਾ ਸਾਡੇ ਮੁਲਕ ਨਾ ਹਾਂ ਹਾਂ ਇਹ ਕਰਜਾ ਕੁਝਾ ਕੇਸ ਨਹੀਂ ਜਿੰਦਾ ਕੋਈ ਬਾਬਾ ਜੀ ਤੁਸੀਂ ਅਜੇ ਵੀ ਕਹਿੰਦੇ ਸਾਡੇ ਮੁਲਕ ਤੁਹਾਡਾ ਮੁਲਕ ਆਇਆ ਕਿ ਉਹ ਹੀ ਹੁਣ ਹਾਂ ਤੁਸੀਂ ਘੜੀ ਮੁੜੀ ਕਹਿੰਦੇ ਹੋ ਸਾਡੇ ਮੁਲਕ ਤੁਹਾਡਾ ਮੁਲਕ ਇੰਡੀਆ ਕਿ ਪਾਕਿਸਤਾਨ ਹੈ ਹੁਣ ਪਾਕਿਸਤਾਨ ਹੈ ਉਹ ਹੀ ਹੈ बड़ी कणक जमीन बड़ी जोर है कलर नहीं साडे बड़ी जोर आली अल्लाह की रहमत मकईया भी हो जानिया पट्ठे माल दे बथेरे चली एक 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 साल करते चढ़ती लामे चली चली कहनी ज्वार जी कहनी ज्वार हाँ चली मोठ मूंगी भी पाई होनी बड़े तीन तीन भी चीजा पाई होनी फिर गड्ढे अंदर ही रखे पांच छे से पटियां पटियां गड्ढिया से लाते गड्ढा भी है अपना होर ਗੱਡਾਂ ਦੇ ਲੱਕੜੀ ਦਾ ਹੁੰਦਾ ਸੀ ਸਰ ਹਾਂ ਪਈਏ ਕਾ ਦਿੰਦੇ ਉਹ ਵੀ ਲੱਕੜ ਦੀ ਅੱਛਾ ਅੱਛਾ ਕਿੱਥੇ ਬਣਿਆ ਸੀ ਗੱਡਾ ਆਪਣਾ ਉਹ ਲੱਕੜ ਇਹਨਾਂ ਦੇ ਪਿੰਡ ਦੇ ਸਰਖਾਨ ਸੀ ਲੋਹਾਰ ਮੁਸਲਮਾਨ ਹਾਂ ਹਿੰਦੂ ਸੀ ਉਹਦਾ ਨਾਮ ਯਾਦ ਕੀ ਸੀ ਉਹਨਾਂ ਦੇ ਇੱਕ ਨਾ ਲੱਭੂ ਇੱਕ ਨਾ ਕੇਸਰ ਇੱਕ ਨਾ ਉਹਨਾਂ ਦਾ ਹਿਆਰਾ ਇੱਕ ਨਾ ਉੰਬਰ ਇੱਕ ਨਾ ਕੀ ਸੀ ਜਿਹੜਾ ਉਹ ਤੁਹਾਡੇ ਉਹ ਲੱਭੂ ਦੇ ਮੁੰਡਿਆਂ ਨੇ ਜਿਹੜੇ ਗੱਡੇ ਬਣਾਉਂਦੇ ਹਨ ਹਾਂ मैं पिंडो आए ਤੁਹਾਨੂੰ ਦੱਸਣਾ ਸਾਰਾ ਨਹੀਂ ਹੁਣ ਤੁਹਾਨੂੰ ਨਾਲ ਲੈ ਕੇ ਜਾਣਾ ਜੇ ਮੈਨੂੰ ਗੱਲਾਂ ਸੁਣਾ ਹੋਰ ਤੁਸੀਂ ਉਥੋਂ ਨਿਕਲੇ ਹੋ ਕਿਵੇਂ ਕਿਵੇਂ ਸੋ ਉਹ ਨਿਕਲੇ ਅਸੀਂ ਕੀ ਕੁਝ ਲਿਆ ਸੀ ਸਾਡਾ ਮੇਰੀ ਸੁਣ ਕਰ ਲੈ ਅੱਛਾ ਹੁਣ ਤੈਨੂੰ ਸਾਰੀਆਂ ਗੱਲਾਂ ਪਿਆਰ ਦੇ ਨਾ ਹਾਂ ਜੰਦਾ ਰਹਾ ਬਾਬਾ ਜੰਦਾ ਗੱਲਾਂ ਤੇ ਸਾਰੀਆਂ ਦਾ ਦੇਣਾ ਹਾਂਜੀ ਹਾਂਜੀ ਉਹ ਨਾ ਨਿਕਲੇ ਜਿਹੜੇ ਸੀ ਉਥੋਂ ਦਾ ਇਸ ਦੀ ਵਾਣ ਸਾਡੀ ਕੌਮ ਵਾਣਾ ਦੀ ਅਭੀ ਵਾਣ ਹੈ ਉਹ ਵੀ ਵਾਣ ਹੈ ਜੀ ਵੀ ਨਵੀਂ ਸਾਡਾ ਸੀ ਉੱਥੇ ਜ਼ੋਰ ਬੜਾ ਅੱਛਾ ਸਾਡੇ ਕੋਲ ਡਰਦੇ ਸੀ ਉਹ ਸਿੱਖ ਮੁਸਲਮਾਨ ਉਹ ਸਿੱਖ ਜਿਹੜੇ ਨਾ ਸਾਡਾ ਉੱਥੇ ਆਉਣਾ ਦਾ ਜ਼ੋਰ ਸੀ ਕੌਣ ਦਾ ਜਿਹੜੇ ਰਾਜਪੂਤ ਤੋਂ ਵੀ ਡਰਦੇ ਸੀ ਰਾਜਪੂਤ ਵੀ ਸਾਡੇ ਨੇੜੇ ਕੋਈ ਨਹੀਂ ਲੱਗਦਾ ਅੱਛਾ ਤੇ ਕਿਵੇਂ ਨਿਕਲੇ ਪਿੰਡੋਂ ਕੀ ਕੁਝ ਲਿਆ ਨਾਲ ਪਿੰਡੋਂ ਕੋਈ ਨਹੀਂ ਲਿਆ ਤੇ ਜਿਹੜੀਆਂ ਇੰਨੀਆਂ ਗਾਵਾਂ ਮੱਝਾਂ ਸਨ ਉਹ ਉੱਥੇ ਛੱਡ ਦਿੱਤੀਆਂ ਗਾ ਖੋਲ ਦਿੱਤੀਆਂ ਰੋਣ ਸਾਡੇ ਕੋਲ
ਰਾਜਪੂਤ ਜਿਹੜੇ ਰੇਂਜ ਚੜ੍ਹਦੇ ਜੇ ਕਾਂਗਰਸ ਦੇ ਸੀ ਮੁਸਲਮਾਨ ਵੀ ਡਰਦੇ ਹਨ ਸਿੱਖ ਵੀ ਹਿੰਦੂ ਵੀ ਸਾਰੇ ਸਿੱਖ ਵੀ ਸਾਰੇ ਉਹ ਸਿੱਖ ਜਿਹੜੇ ਸੀ ਨਾ ਉਹ ਤਾਂ ਸਾਡੇ ਇੰਨੀ ਸੀ ਨਾ ਜਿਵੇਂ ਇੱਕੋ ਘਰੋਂ ਜੰਮੇ ਆ ਪਿਆਰ ਹੀ ਇੰਨਾ ਸੀ ਬੜਾ ਪਿਆਰ ਇੱਕ ਦੂਸਰੇ ਕੋਲ ਬਰਤਨ ਵਾਲੀ ਚੀਜ਼ਾਂ ਲੈ ਲੈਂਦੇ ਸਨ ਹਾਂ ਬੜੀਆਂ ਪੱਠੇ ਵਾਲੇ ਨੇ ਕਿਸੇ ਜਾਂ ਗੱਡਾ ਗੁੱਡਾ ਜਾਂ ਜੋਗ ਲੈ ਲੈਣੀ ਬੜਾ ਲੈ ਲੈਂਦੇ ਸਰ ਸਲੂਕ ਬੜਾ ਹੀ ਲੋਕਾਂ ਦਾ ਅੱਛਾ ਇੱਥੇ ਤਾਂ ਮਾਡਰਨ ਧਰਨ ਹੈ ਨਾ ਵੀ ਬੈਲ ਪਏ ਨੇ ਸਾਡੇ ਕੋਈ ਨਹੀਂ ਬੈਲ ਬੁੱਝਦੇ ਹੈ मझा मुझा मझा मर जाए दो झोटे हाली कटने मर गए कठे गाइया दस बारह पाकिस्तान से रज रोटी खाने पानी पानी भी पीना सानू ना रात बिच ना जले आए ना उठ के एक सानू खंड कच्ची ढाई महीने अल्लाह सोना बड़ा करमा जेड़ा गाड़ी सी बंदा गाड़ी ओ टकरी टूट गई लत अच्छा कुछ मैं बड़ा हिसाब लाया मुसलमानी आ गई मिलिट्री साडी फिर आख्या पाओ तकबीर राज को चखा दा अड्डा सारा साडा देख का भर के पक्का गुजे दा राज खादा किलो किलो खा लेना स्वाद स्वाद खाते गोश पकाओ के काम उधर की पानी
ਬੜਾ ਫਿਰ ਉਹ ਜਿਹੜਾ ਸਾਡਾ ਪਾਣੀ ਸੀ ਨਾ ਆਹ ਜਿਹੜਾ ਸਿਆਲਕੋਟ ਹੈ ਨਾ ਇਹਦਾ ਪਾਣੀ ਤਾਂ ਸਾਡਾ ਇੱਕ ਸੀਗਾ ਸਿਆਲਕੋਟ ਵੀ ਸਾਡੇ ਨਾਲ ਹੀ ਲੱਗਦਾ ਸੀ ਅਸੀਂ ਚੜ੍ਹਦੇ ਸੀ ਦਰਿਆ ਪਾਰ ਬਿਆਸਾ ਇਹ ਲੰਘੀ ਰਾਮੇ ਅੱਛਾ ਅੱਛਾ ਸਮਾਨ ਰੱਖਿਆ ਸੀ ਗੱਡਾ ਆ ਗਿਆ ਤੋੜ ਪਾਕਿਸਤਾਨ ਕਿ ਨਹੀਂ ਆ ਗਿਆ ਲੈਂਦਾ ਸੀ ਇੱਥੇ ਕਿੰਨੀ ਕੁ ਦੇਰ ਪਾਇਆ ਇੱਥੇ ਬਬਲਾ ਉੱਥੇ ਕਿਤੇ ਹੀ ਕਰੇ ਜਮਾਤਰੀ ਓਹਦੀ ਮੰਗਿਆ ਮਨਸੂਰਪੁਰ ਹਿੰਦੁਸਤਾਨ ਦੇ ਵਿੱਚ ਉਹ ਇੱਥੇ ਜਿਹੜੇ ਆਇਆ ਨਾ ਓਹਨੂੰ ਪਤਾ ਲੱਗਾ ਓਹਦੇ ਬੇਟੇ ਕੋਟੀ ਫਿਰ ਉਥੋਂ ਲਾਲਪੁਰ ਉੱਠ ਕੇ ਨਾ ਕੀਵਾ ਪਿੰਡ ਸੀ ਉਥੇ ਢਾਈ ਤਿੰਨ ਮਹੀਨੇ ਰਹੇ ਚਾਚਾ ਮੇਰਾ ਬਿਮਾਰ ਅੱਗੇ ਮੇਰੇ ਨਾਲ ਪੜਾ ਛੋਟਾ ਸੀ ਫਿਰ ਮਹਿਮਾਨ ਆਇਆ ਫਿਰ ਅਸੀਂ ਵੀ ਕੱਟਾ ਯੋਗ ਇੱਥੇ ਇੱਥੇ ਆਣ ਕੇ ਆਪਣਾ ਪਿੰਡ ਵੇਖਿਆ ਦੁਬਾਰਾ ਗਏ ਕਿ ਨਹੀਂ ਨਾ ਜੀ ਕਿਉਂ ਉੱਥੇ ਵੀ ਲੈਣ ਜਾਣਾ ਨਾ ਜੀ ਗਏ ਆਪਣਾ ਪਿੰਡ ਯਾਦ ਆਉਂਦਾ ਕਦੇ ਆਇਆ ਕਿ ਨਹੀਂ ਬੜਾ ਜਾਣਾ ਯਾਦ ਬੜਾ ਜਾਣ ਨੂੰ ਦਿਲ ਕਰਦਾ ਬੜਾ ਉੱਥੇ ਜਾਣਾ ਕਿ ਯਾਰ ਜਿਹੜਾ ਮੇਰਾ ਮਾਮਾ ਸੀ ਨਾ ਇਹਦਾ ਚਾਚਾ ਸੀਗਾ ਜਿਹਦੇ ਅੱਬੇ ਦਾ ਭਰਾ ਉਹ ਫਸੇ ਮੰਗਦੇ ਸੀ ਉਹਦੇ ਨਾਲ ਉਹਦੇ ਜਿੱਦਾਂ ਦਲੇਰ ਸਾਡੇ ਪਿੰਡਾਂ ਹੀ ਬੰਦਾ ਕੋਈ ਨੀ ਸੀ ਬੜਾ ਦਲੇਰ ਸੀ ਡਾਂਗ ਛੋਟੇ ਆ ਉਹ ਉਹਦਾ ਵਿਚਾਰਾ ਨਾ ਉਹਦੀ ਕਬਰ ਨੂੰ ਇੱਥੇ ਬੈਠਿਆ ਜੀ ਸੀ ਉਹ ਦੁਨੀਆਂ ਕਬਰਾਂ ਵਿੱਚ ਦੱਬੇ ਉਹ ਜਿਹੜੀਆਂ ਜੱਟਾਂ ਦਾ ਪਿੰਡ ਜੀ ਮੀਰਪੁਰ ਉਹਨਾਂ ਨੇ ਦੋ ਕਨਾਲਾ ਚੜ੍ਹਦਾ ਕੀਤਾ ਉਹਨਾਂ ਦੋ ਕਨਾਲਾ ਉਹਨੇ ਸਾਨੂੰ ਕਬਰਾਂ ਵਾਸਤੇ ਦਿੱਤੀਆਂ ਉਹ ਪਹਿਲੀ ਕਬਰ ਮੁਸਲਮਾਨ ਜੱਟ ਸੀ ਉਹ ਮੀਰਪੁਰ ਸੀ ਦੱਖਣ ਉਹਨਾਂ ਦੋ ਕਨਾਲਾ ਆ ਕਬਰਾਂ ਸਾਡੀਆਂ ਤੇ ਕਬਰਾਂ ਸਾਡੀਆਂ ਸੰਗਣੀਆਂ ਬਣੀਆਂ ਨਹੀਂ ਇਹ ਸਾਡੀ ਜਿਹੜੀ ਗੱਲਾਂ ਸੁਣਾਉਣ ਸਾਰੀਆਂ ਵੇਖਣ ਦਿਲ ਨਹੀਂ ਕਰਦਾ ਜਾਣ ਨੂੰ ਉੱਥੇ ਸਾਨੂੰ ਬਣ ਦਿੰਦੇ ਉਹ ਬਣ ਦੇਣ ਕਿ ਕਿਉਂ ਨਹੀਂ ਬਣ ਦਿੰਦੇ ਉਹ ਨਹੀਂ ਧਾਰਾ ਲੈਣ ਜਾਣਾ ਉੱਥੇ ਤੁਹਾਨੂੰ ਅਸੀਂ ਲੈ ਕੇ ਜਾਈਏ ਜਾਓਗੇ ਉਹ ਤੇਰਾ ਭਲਾ ਕਰ ਕਾਕਾ ਉਹ ਤੇਰਾ ਭਲਾ ਹੋਵੇ ਹੁਣ ਉਹ ਗੱਲਾਂ ਨਹੀਂ ਰਹੀਆਂ ਸਿਆਣੇ ਸਾਡੇ ਸਾਰੇ ਮਰ ਗਏ ਕੋਈ ਨਹੀਂ ਅਗਲਾ ਬੋਸ ਹੀ ਪੰਜ ਭਰਾ ਸਾਰਿਆਂ ਦਾ ਵੱਡਾ ਮੈਂ ਪਲੇਠੀ ਦਾ ਉਹ ਚਾਰ ਮੇਰੇ ਛੋਟੇ ਆ ਅੱਲਾ ਦੀ ਰਹਿਮਤ ਟਾਈਮ ਉਹ ਸਹੀ ਹੁੰਦੇ ਹੈ ਕੌਣ ਵਾਲੇ ਟਾਈਮ ਸਹੀ ਹਾਂ ਉਹ ਵਕਤ ਤੁਹਾਡਾ ਸਹੀ ਸੀ ਦੌਰ ਉਹ ਦੇਖ ਆਥ ਛੋਟੋ ਛੁੱਟੇ ਆ ਗਏ ਉਹ ਤੇ ਦੇ ਸਹੀ ਆ ਯਾਦ ਬੰਦੇ ਅੱਛਾ ਕਿਹਨ ਫਿਕਰ ਫਾਕਾ ਨਹੀਂ ਸੀ ਹੁੰਦਾ ਕੋਈ ਇੱਥੇ ਤਾਂ ਪਈ ਦਵਾਈ ਭੁੱਖ ਸੀ ਲੋਕਾਂ ਨੇ ਆ ਮਹਿੰਗਾਈ ਹੋਈ ਮਹਿੰਗਾਈ ਬਹੁਤ ਇਹ ਅੱਲਾ ਦੀ ਰਹਿਮਤ ਹੈ ਆਪਣੇ ਘਰੋਂ ਪੈਸੇ ਬਚਣੇ ਆਪਣੇ ਘਰੋਂ ਸ਼ੁਕਰ ਬਣੇ ਸ਼ੁਕਰ ਹੈ ਅੱਲਾ ਦਾ ਅਸੀਂ ਜਿਹੜੇ ਪੰਜ ਭਰਾ ਇੱਥੇ ਆ ਦਸ ਬਾਰਾਂ ਮਕਾਨ ਤੇ ਅਸੀਂ ਇੱਥੇ ਛੱਤੇ ਹੋਣੇ ਵਾਲੇ ਆਪਣੇ ਪੰਜੇ ਭਰਾ ਮੇਰੇ ਵੱਖੋ ਵੱਖਰੇ ਅੱਲਾ ਦੀ ਖਾ ਰਹੇ ਬੜੀ ਰਹਿਮਤ ਹੈ ਸਾਡੀ ਚਲੋ ਠੀਕ ਹੈ ਬਜ਼ੁਰਗੋ ਹੁਣ ਬੋਤਲ ਪੀ ਆ 20,000 ਰੁਪਿਆ
खर्चा खुला देने खर्चा मर्चा चार मेरे मुड़े खर्चा ना उन्हें मेरे को अल्लाह ने आपू कटे ना कर दिया बस धूप से रखे पांच पांच हजार से नोटी मेरे तो अल्लाह दिया बड़िया नाम था ना कभी ज्यों का जमिया हां कौन है ओ कोई नाजरीन मिलने अरे अल्लाह तेरा नहीं पापे कोई शाही खाने तेरा पता